ਅੱਜ ਦੀ ਕਹਾਣੀ ਹੈ ਫਰਖੰਦਾ ਲੋਧੀ ਹੋਰਾਂ ਦੀ ਕਿਤਾਬ ਚੰਨੇ ਦੇ ਓਲੇ ਵਿੱਚੋਂ ਪਾਇਦਾਨ ਬੱਸ ਵਿੱਚ ਐਨੀ ਭੀੜ ਸੀ ਜੇ ਰੇ ਰੱਬ ਦਾ ਨਾਮ ਬੰਦੇ ਤੇ ਬੰਦਾ ਨਹੀਂ ਪੈਰਾਂ ਤੇ ਪੈਰ ਚੜੇ ਹੋਏ ਸਨ ਹਰ ਬੰਦੇ ਨੂੰ ਜਾਨ ਦੀ ਤਵਾਈ ਸੀ ਹਮੀਦ ਨੂੰ ਅੱਜ ਫੇਰ ਦਫ਼ਤਰੋਂ ਤੇਰ ਹੋਣ ਦਾ ਡਰ ਸੀ ਕਿਉਂ ਜੇ ਉਹ ਅੱਜ ਕਰੋਈ ਕੁਝ ਚਿਰਕਾ ਟੁਰਿਆ ਪੈਂਡੇ ਦਾ ਮਾਰਜਨ ਤੇ ਉਹ ਘਰ ਵਿੱਚ ਹੀ ਲਾ ਆ ਜੇ ਪੱਪੂ ਨੂੰ ਤਾਪ ਨਾ ਚੜਦਾ ਜੇ ਉਸ ਦੀ ਮਾਂ ਉਸ ਨੂੰ ਸੋਦਾ ਲੈਣ ਨਾ ਕਲਦੀ ਫੇਰ ਉਹ ਸੋਚਾਂ ਉਹ ਸੋਚਦਾ ਬਸ ਨਾਲ ਲੰਮਕ ਗਿਆ ਪਈਐਸ ਤੇ ਨਹੀਂ ਤਾਂ ਅਗਲੇ ਸਟਾਪ ਤੇ ਕੁਝ ਲੋਕੀ ਉਤਰ ਜਾਣ ਕੇ ਉਸ ਪਾਇਦਾਨ ਤੇ ਪੈਰ ਫਸਾ ਲਿਆ ਭੱਜੀ ਜਾਂਦੀਆਂ ਇਮਾਰਤਾਂ ਫੁੱਟਪਾਥਾਂ ਲੋਕਾਂ ਤੋਂ ਜ਼ਰਾ ਕੋ ਨਿਗਾਹ ਹਟਾ ਕੇ ਪੈਦਾਨ ਵੱਲ ਤੱਕੰਦਾ ਵੇਲ ਉਹਨੂੰ ਇੰਜ ਮਿਲਿਆ ਕਿ ਕਿਸੇ ਉਸ ਦੇ ਪੈਰ ਤੇ ਪੈਰ ਰੱਖ ਕੇ ਪੀੜੀ ਛੱਡਿਆ ਓਏ ਦੇ ਨਾਲ ਮਾਮੂਲੀ ਜੀ ਗਾਲ ਮੂੰਹ ਆਪੇ ਹੀ ਨਿਕਲ ਗਈ ਬੜੀ ਕੋਸ਼ਿਸ਼ ਨਾਲ ਉਸ ਥੱਲੇ ਤੱਕਿਆ ਬੱਲੇ ਪੈਦਾਨ ਤੇ ਪੈਰਾਂ ਦਾ ਢੇਰ ਲੱਗਿਆ ਹੋਇਆ ਸੀ ਪੈਰ ਹੀ ਪੈਰ ਗੰਦੇ ਪੈਰ ਚੰਗੇ ਪੈਰ ਗੋਰੇ ਪੈਰ ਕਾਲੇ ਪੈਰ ਬੂਟ ਜਰਾਬਾਂ ਵਾਲੇ ਪੈਰ ਐਨੇ ਸਾਰੇ ਪੈਰਾਂ ਵੱਲ ਤੱਕਦਿਆਂ ਤੱਕਦਿਆਂ ਹਮੀਦ ਨੂੰ ਆਪਣੇ ਪੈਰਾਂ ਦੀ ਪਛਾਣ ਭੁੱਲ ਗਈ ਖਰੇ ਉਸ ਦੇ ਪੈਰ ਕਿਹੜੇ ਨੇ ਇੱਕ ਘੜੀ ਲਈ ਤੇ ਉਸ ਨੂੰ ਵਹਿਮ ਜਿਹਾ ਹੋਇਆ ਖਰੇ ਉਸ ਦੀ ਯਾਦਦਾਸ਼ਤ ਜਵਾਬ ਦੇ ਗਈਏ ਉਸ ਦਾ ਦਿਲ ਸੀਨੇ ਦੀ ਕੰਧ ਨਾਲ ਠਾਠਾ ਵਜਨ ਲੱਗ ਪਿਆ ਤੇ ਉਸ ਪੈਰਾਂ ਵੱਲ ਗੌਰ ਨਾਲ ਵੇਖਦਿਆਂ ਆਪਣੇ ਆਪ ਤੋਂ ਪੁੱਛਿਆ ਓਏ ਮੇਰੇ ਪੈਰ ਕਿੱਥੇ ਗਏ ਮੇਰੇ ਪੈਰ ਕਿਹੜੇ ਨੇ ਐਨੇ ਵਿੱਚ ਇੱਕ ਬੁਰਕੇ ਵਾਲੀ ਤੇ ਕੁਝ ਬੱਚੇ ਪਾਇਦਾਨ ਤੇ ਇੰਜ ਡਿੱਗੇ ਜਿਵੇਂ ਕੁਚੱਜੀ ਰਨ ਬੂਵੇ ਚੋਂ ਗਲੀ ਵਿੱਚ ਕੂੜਾ ਵਗਾ ਸੁੱਟੇ ਵਿਚਾਰੀ ਮਾਈ ਦਾ ਬੁਰਕਾ ਉਸ ਦੇ ਗਲੇ ਨੂੰ ਫਾਹ ਲਾ ਕੇ ਕਿਦਰੇ ਪਿੱਛੇ ਫਸਿਆ ਹੋਇਆ ਸੀ ਤੇ ਉਹ ਗਲ ਕੋਟੂ ਦੇ ਮਰੀਜ਼ ਵਾਂਗੂ ਔਖੀ ਔਖੀ ਬੋਲ ਰਹੀ ਸੀ ਵੇ ਤੁਹਾਡਾ ਬੇੜਾ ਗਰਕ ਬਸ ਵਾਲਿਓ ਵਹਿਨੀਆਂ ਸਵਾਰੀਆਂ ਲਾਲਚਿਓ ਤਰਸ ਕਰੋ ਨਿੱਕੇ ਨਿੱਕੇ ਬਾਲਾਂ ਤੇ ਤੇ ਮਾਈ ਤੁਸੀਂ ਕੁਝ ਸਾਡੇ ਤੇ ਤਰਸ ਕਰੋ ਇੱਕ ਟਿਕਟ ਨਾਲ ਐਨੀ ਪਨੀਰੀ ਕੰਡੈਕਟਰ ਨੇ ਇੱਕ ਇੱਕ ਕਰਕੇ ਪੰਜੋ ਬਾਲ ਫੁੱਟਪਾਥ ਤੇ ਧਰਦਿਆ ਅੱਖਿਆ ਤੇ ਸਾਰੀ ਭੀੜ ਨੂੰ ਅੱਖ ਮਰੀ ਪਾਇਦਾਨ ਤੇ ਹਾਸੇ ਦਾ ਖੜਾਕ ਜਿਹਾ ਹੋਇਆ ਕੰਡੈਕਟਰ ਨੇ ਰਾਡ ਨਾਲ ਝੂਲਦਿਆਂ ਹੋਇਆਂ ਹਾਕ ਲਾਈ ਮਿੰਟ ਵਾਗਾ ਸ਼ਾਲਾ ਮਾਰ ਪੁੱਲੋਂ ਪਾਰ ਜਲੋ ਚਲੋ ਚਲੋ हमीद को रहा ना गया यार ख्याल कर अगे ही मत मरी पही है बाऊ जद तई अवमी हुकूमत तो ऐन जी चलेगा ते अल्लाह चाहे अवामी हुकूमत सदा रहेगी अल्लाह चाहे कारोबार भी एंजी रहेगा यार साढ़ा वेला आया है तो चीका मार दौ हमीद ਕੰਡੈਕਟਰ ਦੀ ਗੱਲ ਦਾ ਕੋਈ ਉਤਰ ਨਾ ਦਿੱਤਾ ਸਵਾਰੀਆਂ ਦੇ ਆ ਜਾਣ ਨਾਲ ਪੈਦਾਨ ਤੇ ਭੀੜ ਹੋਰ ਵੱਧ ਗਈ। ਹਮੀਦ اٹਕਦਾ اٹਕਦਿਆਂ اٹਕਦਿਆਂ ਸੋਚਿਆ ਯਾਰੋ ਅਸੀਂ ਇਹਨਾਂ ਤੋਂ ਸੜਨੇ ਆ ਪਰ ਅਸੀਂ ਹਾਂ ਕੌਣ? ਥੋੜੀ ਦੇਰ ਪਹਿਲਾਂ ਮੇਥੋਂ ਆਪਣੇ ਪੈਰ ਪਛਾਤੇ ਨਹੀਂ ਸੰ ਜਾਂਦੇ। ਇਹ ਆਖਦਾ ਸਾਡੀ ਵਾਰੀ ਤੁਸੀਂ ਚੀਕਾਂ ਮਾਰਦੇ ਹੋ ਮੈਂ ਕੌਣ ਆ ਮੇਰੇ ਪੈਰ ਕਿਹੜੇ ਨੇ ਮੈਂ ਟੁਰਦਾ ਕਿਵੇਂ ਆ ਪੈਦਾਂ ਤੇ ਪੈਰ ਕੁਰਬਲ ਕੁਰਬਲ ਪਏ ਕਰਦੇ ਨੇ ਮੈਨੂੰ ਮੇਰੇ ਦਰਦ ਨੇ ਦੱਸਿਆ ਏ ਵੀ ਮੈਂ ਵੀ ਇੱਥੇ ਕਿਤੇ ਆ ਨਹੀਂ ਤੇ ਕੁਝ ਪਤਾ ਨਹੀਂ ਮੈਂ ਕਿੱਥੇ ਆ ਪੈਸੇ ਕੱਢ ਲਓ ਜੀ ਕੰਡਕਟਰ ਖਰਵੇ ਕਾਰੋਬਾਰੀ ਲਹਿਜੇ ਵਿੱਚ ਆਖਿਆ ਵੇਖਾਂ ਪੈਸਿਆਂ ਦੀ ਕਿੱਡੀ ਕਾਲ ਪਈ ਹੋਈ ਏ ਥਾਂ ਹੈ ਕੋਈ ਨਹੀਂ ਪੈਸੇ ਕਢੋ ਵਸ ਚੱਲੇ ਤੇ ਹੱਥ ਪਾ ਕੇ ਆਪੇ ਹੀ ਕਢ ਲਵੇ ਹਮੀਦ ਦੇ ਨਾਲ ਹੀ ਕੋਈ ਦਿਲ ਫੂਕ ਬਾਉ ਖੜਾ ਸੀ ਸ਼ਕਲੋਂ ਨਵਾਂ ਨਵਾਂ ਨੌਕਰ ਹੋਇਆ ਲੱਗਦਾ ਥਾਂ ਨਹੀਂ ਐ ਬਾਉ ਸ਼ੁਕਰ ਕਢੋ ਅਪੜੀ ਜਾਓਗੇ ਕੰਡੈਕਟਰ ਉਸੇ ਖਰਵੇ ਤਰੀਕੇ ਨਾਲ ਉੱਤਰ ਦਿੱਤਾ ਤੇ ਪੈਸੇ ਵੀ ਨਹੀਂ ਬਾਉਦੀ ਬਾਉ ਵੀ ਆਖਰੀ ਨੌਜਵਾਨ ਹੀ ਸੀ। ਇਹ ਗੱਲੇ ਤੇ ਬਸ ਤੁਹਾਡੀ ਮਾਂ ਦੀ ਨਹੀਂ। ਇੱਥੇ ਲੈ ਜਾਓ। ਬਾਉ ਜਵਾਬ ਵਿੱਚ ਥੱਪੜ ਕੱਢ ਮਾਰਿਆ ਤੇ ਆਖਿਆ ਮੈਂ ਉਸ ਵੇਲੇ ਦਾ ਤੇਰੀਆਂ ਹੁਜਤਾਂ ਪਿਆ ਸੁਣਨਾ। ਕੰਡਕਟਰ ਬਾਉ ਨੂੰ ਟਾਈਓ ਫੜ ਕੇ ਚੱਲਦੀ ਬੱਸ ਵਿੱਚੋਂ ਛਾਲਾ ਦਿੱਤੀ। ਦੋਵੇਂ ਕੁਝ ਦੂਰ ਤਾਈਂ બસ ਦੇ ਨਾਲ ਕੜੀਸ ਹੁੰਦੇ ਗਏ ਚੰਗੀ ਹੁਲੇ-ਹੁਲੇ ਹੋਈ ਤੇ ਡਰਾਈਵਰ ਬੱਸ ਰੋਕੀ ਵੇਖਤਿਆਂ ਵੇਖਦਿਆਂ ਬੱਸ ਦੀਆਂ ਸਾਰੀਆਂ ਮਰਦ ਸਵਾਰੀਆਂ ਲੈ ਕੇ ਮੌਕੇ ਤੇ ਆ ਗਈਆਂ ਫੁੱਟਪਾਥ ਤੇ ਵਾਵਾ ਕੋਲ ਹੋ ਰਿਹਾ ਸੀ ਇੱਕ ਮਿੰਟ ਦੀ ਦੇਰ ਵਿੱਚ ਦੋਵਾਂ ਪਾਸਿਆਂ ਦੀ ਟ੍ਰੈਫਿਕ ਜੈਮ ਹੋ ਗਈ ਲੋਕੀ ਲੜਦਿਆਂ ਨੂੰ ਵੇਖਣ ਲਈ ਇੰਜ ਭੱਜੀ ਆ ਰਹੇ ਸਨ ਜਿਵੇਂ ਗਰੀਬ ਨਿਆਣੇ ਨਿਆਜ਼ ਲੈਣ ਲਈ ਦੌੜ ਦੇਨੇ ਲੜਦਿਆਂ ਨੂੰ ਕੋਈ ਵੀ ਨਹੀਂ ਸੀ ਹਟਕਦਾ ਇੱਕ ਵੀ ਪੈਂਡ ਕੌਂਟ ਤੇ ਪਰ ਖੱੱਚੇ ਉੱਟ ਗਏ ਦੂਜੇ ਦੀ ਸ਼ਲਵਾਰ ਕਮੀਜ਼ ਮਿੱਟੀ ਹੋ ਮਿੱਟੀ ਹੋ ਗਈ ਫਿਰ ਕਿਸੇ ਪੱਕੀ ਉਮਰ ਦੇ ਬੰਦੇ ਹੌਸਲਾ ਕਰਕੇ ਬਾਉ ਨੂੰ ਖਿੱਚ ਲਿਆ ਬਾਉ ਬਾਹ ਚੜਾਦਾ ਫੁਣਕਾਰਿਆ ਇਹਨੂੰ ਮੈਂ ਦੱਸਣਾ ਸਵਾਰੀ ਕਿਵੇਂ ਲਾਈ ਦੀਏ ਬਾਊ ਪੜਿਆ ਲਿਖਿਆ ਹੋ ਕੇ ਇਹੋ ਜੀਆਂ ਗੱਲਾਂ ਕਰਨਾ 10 ਤੇਰੇ ਪੱਲੇ ਕੀ ਰਿਆ ਐਦੇ ਪੱਲੇ ਹੈ ਹੀ ਕੀ ਕੰਡੈਕਟਰ ਪੈਦਾਨ ਤੇ ਪਲਾਕੀ ਮਾਰ ਕੇ ਚੜਦਿਆਂ ਹੋਇਆਂ ਇੰਜ ਹਣਕਿਆ ਜਿਵੇਂ ਅੜੀਲ ਕੋੜਾ ਸਵਾਰ ਨੂੰ ਸੁੱਟ ਕੇ ਹਣਕਦਾ ਸਵਾਰੀਆਂ ਮੁੜ ਕੇ ਬੱਸਾਂ ਵਿੱਚ ਬਹਿ ਗਈਆਂ ਟ੍ਰੈਫਿਕ ਚਲ ਪਈ ਮੇਲਾ ਖਿੰਡ ਗਿਆ ਬਾਊ ਵੀ ਬੱਸ ਵਿੱਚ ਆ ਗਿਆ ਉਸ ਦਫਤਰ ਜਾਣਾ ਸੀ ਕੰਡੈਕਟਰ ਨੇ ਬੱਸ ਚਲਾਉਣੀ ਸੀ ਦੋਵੇਂ ਬੱਸ ਨੂੰ ਬਹੁਤੀ देर ਲਈ ਛੱਡ ਨਹੀਂ ਸਕਦੇ ਹਾਂ ਦੋਵਾਂ ਗੁੱਸੇ ਦਾ ਪਰ ਕੁਝ ਹੌਲਾ ਕਰ ਲਿਆ ਬੱਸ ਚੱਲੀ ਤੇ ਕੰਡੈਕਟਰ ਛੇਤੀ ਛੇਤੀ ਲੋਕਾਂ ਤੋਂ ਪੈਸੇ ਅਗਰੋਹਣੇ ਸ਼ੁਰੂ ਕਰ ਦਿੱਤੇ ਬਾਉ ਨੇ ਵਾਲਾਂ ਤੇ ਹੱਥ ਫੇਰੇ ਮੋਢਿਆਂ ਤੋਂ ਮਿੱਟੀ ਝਾੜੀ ਤੇ ਜੇਬ ਚੋਂ ਰੁਮਾਲ ਕੱਢ ਕੇ ਵਾਚ ਚੋਂ ਰਿਸ ਦਾ ਲੋਹ ਪੁੰਜਿਆ ਲੋਕ ਕਹਰੇ ਸਨ ਬਾਉ ਤੇਰੀ ਕੋੜ ਸਾਡਾ ਖਾਣਾ ਖਰਾਬ ਕਰ ਦਿੱਤਾ ਹੈ ਅਦੀ ਰਿਪੋਰਟ ਕਰੋ ਨਾ ਬਾਉ ਕੰਡਕਟਰ ਵੱਲ ਇਸ਼ਾਰਾ ਕਰਤੀਆਂ ਹੋਈਆਂ ਆਖਿਆ ਕਿਹਦੇ ਕੋਲ ਅੱਦੀ ਤੇ ਪੱਕੀ ਉਮਰ ਦੀਆਂ ਮਰਦਾਂ ਗਵੇੜ ਵਾਲੇ ਲੈਜੇ ਨਾਲ ਪੁੱਛਿਆ ਐਨੀ ਦੇਰ ਵਿੱਚ ਕੰਡਕਟਰ ਟਿਕਟਾਂ ਕੱਟ ਕੇ ਵਿਲਾ ਹੋ ਚੁੱਕਿਆ ਸੀ ਬਾਉ ਦੇ ਕੋਲ ਆਨ ਖਲੋਤਾ ਚਾਰ ਅੱਖਰ ਪੜ ਕੇ ਰਿਪੋਰਟਾਂ ਕਰਨ ਯੋਗ ਹੋ ਜਾਂਦੇ ਬਸ ਬੱਸਾਂ ਆਵਾਮ ਦੀ ਖਿਦਮਤ ਲਈ ਚਲਾਈਆਂ ਜਾਂਦੀਆਂ ਨੇ ਹੇ 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 ਕੰਡਕਟਰ ਨਾਲ ਹੋਰ ਆਵਾਜ਼ਾਂ ਵੀ ਸਨ ਪਰ ਹਮੀਦ ਕੰਡਕਟਰ ਦੀ ਆਵਾਜ਼ ਪਛਾਣ ਲਈ ਬਾਉ ਜੇ ਤੇਰਾ ਢਿੱਡ ਨਾਰਿਆਂ ਨਾਲ ਭਰਦਾ ਏ ਤੇ ਲਾਈ ਜਾ ਨਾਰੇ ਅਸੀਂ ਢਿੱਡ ਦੀ ਖਾਤਰ ਫੇਰੇ ਲਾਣੇ ਆਂ। ਗਲਬਤ ਇੱਥੇ ਤਾਈ ਪੁੱਜੀ ਸੀ ਕਿ ਹਮੀਦ ਦਾ ਸਟਾਪ ਆ ਗਿਆ। ਉਸ ਬੱਸ ਵਿੱਚੋਂ ਲੈਂਦੇ ਆਂ ਛੂਟ ਵਟ ਦਿੱਤੀ। ਖਸਮਾ ਨੂੰ ਖਾਏ ਬੱਸ ਤੇ ਬੱਸ ਦੇ ਲੋਕ। ਦਸੰਬਰ ਦਸੰਬਰ ਦੇ ਮਹੀਨੇ ਵਿੱਚ ਅੱਜ ਉਹ 6ਵੀਂ ਵਾਰ ਲੇਟ ਜਾ ਰਿਹਾ ਸੀ। ਅਫਸਰ ਵੱਲੋਂ 4 ਵਾਰਨਿੰਗਾਂ ਮਿਲ ਚੁੱਕੀਆਂ ਸਨ। ਤੇ ਉਤੋਂ ਸਲਾਨਾ ਖੁਫੀਆ ਰਿਪੋਰਟਾਂ ਜਾਣ ਦੇ ਦਿਨ ਸਨ ਉਹ ਜਲ ਤੂ ਜਲਾਲ ਤੂ ਪੜਦਾ ਹੋਇਆ ਨਸਦਾ ਗਿਆ ਨਸਦਿਆ ਨਸਦਿਆ ਉਹਨੂੰ ਆਪਣੀ ਟੋਰ ਦਾ ਖਿਆਲ ਜੇ ਆਇਆ ਪੈਰਾਂ 'ਵਲ ਤੱਕਣ ਦਾ ਟਾਈਮ ਨਹੀਂ ਸੀ ਉਹ ਨਸਾਈ ਚਲਾ ਗਿਆ ਇਥੋਂ ਤਾਈ ਕਿ ਉਸ ਦੇ ਪੈਰ ਦਫ਼ਤਰ ਦੇ ਬੂਏ ਤੇ ਜਾ ਕੇ ਆਪੇ ਰੁੱਕ ਗਏ ਮੂਹੇ ਦੇ ਸਾਹਮਣੇ ਬੰਗਾਲੀ ਨਾਰੀਅਲ ਦਾ ਮੋਟਾ ਪਾਇਦਾਨ ਵਿਛਿਆ ਹੋਇਆ ਸੀ ਪਾਇਦਾਨ ਤੋਂ ਅਗਾਹ ਭਾਰੀ ਪਰਦੇ ਪਰਦਿਆਂ ਦੇ ਨਾਲ ਹੀ ਫੁੱਲਦਾਰ ইরਾਨੀ ਕਲੀਨ ਜ਼ਰਾ ਕੁ ਹੋਰ ਅਗਾਹ ਚਮਕਦੀ ਵੱਡੀ ਸਾਰੀ ਮੇਜ਼ ਮੇਜ਼ ਦੇ ਥੱਲੇ ਹੀਟਰ ਹੀਟਰ ਦੇ ਸਾਹਮਣੇ ਪਾਲਿਸ਼ ਵਾਲਾ ਪਾਇਦਾਨ ਪਾਇਦਾਨ ਤੇ ਉੱਤੇ ਦੋ ਪੈਰ ਲਿਸ਼ਕ ਤੇ ਬੂਟਾਂ ਵਿੱਚ ਲੁਕੇ ਹੋਏ ਹਮੀਦ ਨੇ ਇਹ ਪੈਰ ਇੱਕ ਵਾਰ ਕੀ ਪਛਾਣ ਲਏ ਤੇ ਆਪਣੀਆਂ ਗਵਾਚੀਆਂ ਹੋਈਆਂ ਨਜ਼ਰਾਂ ਨੂੰ ਜ਼ਰਾ ਜਿੰਨਾ ਚੁੱਕਿਆ ਸਰ ਹੂੰ ਮਿਸਟਰ ਹਮੀਦ ਤੋਂ ਵਾਰਨਿੰਗ ਦਾ ਕੋਈ ਅਸਰ ਨਹੀਂ ਓਕੇ ਅਫਸਰ ਬੇਪਰਵਾਹੀ ਨਾਲ ਹੈੱਡ ਕਲਰਕ ਵੱਲ ਧਿਆਨ ਕੀਤਾ ਸਾਰੇ ਅਮਲੇ ਦੀਆਂ ਰਿਪੋਰਟਾਂ ਸਾਈਨ ਹੋ ਗਈਆਂ ਜੀ ਜਨਾਬ ਹੈੱਡ ਕਲਰਕ ਟਿੱਡ ਤੇ ਹੱਥ ਬੰਨ ਬੰਨੀ ਸਿਰ ਸੁੱਟ ਕੇ ਜਵਾਬ ਦਿੱਤਾ ਹਮੀਦ ਜਾਨ ਲਈ ਮੁੜਿਆ ਤੇ ਉਸ ਨੂੰ ਇੰਜ ਲੱਗਿਆ ਜਿਵੇਂ ਉਸ ਦੇ ਪੈਰ ਮਨ ਮੰਨ ਦੇ ਨੇ ਕਲੀਨ ਨੂੰ ਕਲੀਨ ਤੋਂ ਨਾਰੀਅਲ ਦੇ ਪਾਇਦਾਨ ਤਈ ਆਂਦਿਆਂ ਉਹ ਮਸਾਂ ਇਹ ਸੋਚ ਸਕਿਆ ਸੀ ਸਾਡੇ ਪੈਰ ਕਿਹੜੇ ਧਰਤੀ ਤੇ ਨੇ ਮੇਸ ਤੇ ਆ ਕੇ ਕੰਮ ਕਰਨ ਵਿੱਚ ਉਹਦਾ ਰੱਤਾ ਜੀ ਨਾ ਲੱਗਿਆ ਦਿਲ ਇੰਜ ਦੁਖ ਰਿਆ ਸੀ ਜਿਵੇਂ ਵੇਲੇ ਦਾ ਜਿੰ ਉਸ ਨੂੰ ਬੂਟਾਂ ਸੀਨੇ ਮਿੱਦੀ ਜਾ ਰਿਹਾ ਹੈ ਸੁਧ ਲੈਣੀ ਦਿੰਦਾ 1973 ਈਸਵੀ ਇਸ ਕਹਾਣੀ ਦੇ ਅਖੀਰ ਤੇ ਲਿਖਿਆ ਹੋਇਆ ਹੈ ਇਹ ਕਹਾਣੀ ਚੰਨੇ ਦੇ ਓਲੇ ਕਹਾਣੀ ਪਰਾਗੇ ਵਿੱਚ ਛਪੀ ਜਿਸ ਨੂੰ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ ਨੇ ਛਾਪਿਆ ਹੈ ਇਹ ਕਿਤਾਬ ਸਤੰਬਰ 1984 ਦੇ ਵਿੱਚ ਪਹਿਲੀ ਵਾਰ ਛਪੀ ਇਹਦੇ ਵਿੱਚ ਪਹਿਲੀ ਕਹਾਣੀ ਪਾਇਦਾਨ ਤੁਹਾਨੂੰ ਪੜ ਕੇ ਸੁਣਾਈ ਗਈ